ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਡਾਕਟਰ ਜਨਪੀ ਸਿੰਘ ਖੇਤੀਬਾੜੀ ਤੇ ਐਗਰੀਕਲਚਰ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਜਨਪੀ ਸਿੰਘ ਦੇ ਵਿੱਚ ਆਪਨਾ ਬਹੁਤ-ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਆਪਾਂ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਵੀ ਜਿਹੜੇ ਨਦੀਨ ਉੱਗੇ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਕਿਹੜੀਆਂ ਸਪਰੇਅ ਨਾਲ ਜਿਹੜੇ ਕੰਟਰੋਲ ਕਰ ਕਰ ਸਕਦੇ ਆਂ ਅੱਜ ਆਪਾਂ ਗੱਲ ਕਰਾਂਗੇ ਕਿਸਾਨ ਵੀਰੋ ਜਿਹੜੇ ਨਦੀਨ ਉੱਗੇ ਐ ਉਹਨਾਂ ਨੂੰ ਆਪਾਂ ਪਹਿਲੇ ਪਾਣੀ ਤੋਂ ਬਾਅਦ ਕਿਹੜੀਆਂ ਸਪਰੇਅਆਂ ਕਰਨੀਆਂ ਤੇ ਜੇਕਰ ਟੌਪਿਕ ਨਾਲ ਕਈ ਜਗ੍ਹਾ ਨਹੀਂ ਗੁਲੀ ਰੰਡਾ ਮਾਰ ਰਿਹਾ ਤਾਂ ਆਪਾਂ ਕਿਹੜੀ ਸਪਰੇਅ ਕਰਨੀ ਹੈ ਵੀ ਜਿਹਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਪੂਰਾ ਜਿਹੜਾ ਸਪਰੇਅ ਦਾ ਲਾਹਾ ਮਿਲ ਜੇ ਤੇ ਕਿਹੜੀਆਂ ਗਲਤੀਆਂ ਆਪਾਂ ਨਹੀਂ ਕਰਨੀਆਂ ਕਿਸਾਨ ਵੀਰੋ ਤੇ ਕਿੰਨੇ ਦਿਨ ਤੇ ਜਿਹੜੀ ਹੈ ਇਹ ਸਪਰੇਅ ਕਰਨੀ ਹੈ ਇਹ ਵੀ ਆਪਾਂ ਗੱਲ ਕਰਾਂਗੇ ਸੋ ਕਿਰਪਾ ਕਰਕੇ ਜਿਹੜੇ ਮੇਰੇ ਨਵੇਂ ਕਿਸਾਨ ਵੀਰ ਜੁੜੇ ਐ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੇ ਦੁਆਰਾ ਬਣਾਈਆਂ ਗਈਆਂ ਹਰ ਨਵੀਆਂ ਵੀਡੀਓ ਦੇਖ ਸਕੋ ਸੋਖਸਣ ਵੀਰੋ ਆਪਾਂ ਗੱਲ ਕਰਦੇ ਆਂ ਵੀ ਜਿਹੜੀਆਂ ਨਦੀਨਾਸ਼ਕ ਸਪਰੇਆ ਆਪਾਂ ਕਰਨੀਆਂ ਇਹਦੇ ਚ ਕਿਸਾਨ ਵੀਰੋ ਆਪਾਂ ISO پروتਿਓਨ ਸਾਲਟ ਜਿਵੇਂ ਕਿ ਮੈਂ ਪਿਛਲੀ ਵੀਡੀਓ ਚ ਵੀ ਗੱਲ કરી ਸੀ ਵੀ ਜਿਹੜੀ ਆਪਾਂ ਨਦੀਨਾਸ਼ਕ ਕਹਿ ਲਈਏ ਵੀ ਪਹਿਲੇ ਪਾਣੀ ਤੋਂ ਪਹਿਲਾਂ ਯੂਜ਼ ਕਰਦੇ ਆਂ ਉਹ ਵੀ ISO پروتਿਓਨ ਸਾਲਟ ਦੀਆਂ ਕੋਈ ਵੀ ਦਵਾਈਆਂ ਆਪਾਂ ਯੂਜ਼ ਕਰ ਸਕਦੇ ਆਂ ਜਿਹਦੀ ਡੋਜ਼ 500 ਗ੍ਰਾਮ ਆਪਾਂ ਪ੍ਰਤੀ ਕਿੱਲੇ ਦੀ ਰੱਖਣੀ ਹੈ 150 ਲੀਟਰ ਪਾਣੀ ਪਾਉਣਾ ਤੇ ਇਹਾਂ ਹੋਰ ਸਪਰੇਆ ਲਈ ਟੋਪਿਕ ਆ ਜਾਂਦੀ ਹੈ ਕਿਸਾਨ ਵੀਰੋ ਪੁਆਇੰਟ ਆ ਜਾਂਦੀ ਹੈ ਮਾਰਕਲੋਡੀਨਾ ਜਿਹਦੇ ਵਿੱਚ ਸਾਲਟ ਹੁੰਦਾ ਹੈ ਕਲੋਡੀਨੋਫੋਬ ਇਹਦੀ ਕਿਸਾਨ ਵੀਰੋ ਜਿਹੜੀ ਡੋਜ਼ ਰੂ ਜੇਕਰ ਆਪਾਂ ਇਹ ਸਪਰੇਆ ਕਰਦੇ ਹਾਂ ਤਾਂ ਇਹ 160 ਗ੍ਰਾਮ ਪ੍ਰਤੀ ਕਿੱਲੇ ਦੀ ਆਪਾਂ ਸਪਰੇਅ ਕਰਨੀ ਹੈ ਤੇ ਕਈ ਹੁਣ ਕਿਸਾਨ ਵੀਰਾਂ ਚ ਸਵਾਲ ਉੱਠਦਾ ਵੀ ਅਸੀਂ ਇਹ ਸਪਰੇਅ ਕੀਤੀ ਸੀ ਵੀ ਇਹਦਾ ਰਿਜ਼ਲਟ ਆਉਣਾ ਹਟ ਗਿਆ ਔਰ ਇਹ ਪਿੱਛੇ ਕਿਸਾਨ ਵੀਰੋ ਕਈ ਵਾਰ ਇਹ ਹੁੰਦਾ ਰੀਜ਼ਨ ਵੀ ਆਪਾਂ ਇੱਕੋ ਦਵਾਈ ਜਿਹੜੀ ਹੈਗੀ ਹਰ ਸਾਲ ਵਾਰ-ਵਾਰ ਕਰੀ ਜਾਂਦੇ ਆ ਉਹਦੇ ਨਾਲ ਜਿਹੜੀ ਹੈਗੀ ਨਦੀਨ ਨਦੀਨਾ ਚ ਜਿਹੜੀ ਹੈਗੀ ਇਹ ਸੈਨਚੀਲਤਾ ਬਣ ਜਾਂਦੀ ਹੈ ਜਾਂ ਆਪਾਂ ਕਈ ਵਾਰ ਕਰਨ ਦਾ ਢੰਗ ਕਹਿ ਲਈਏ ਵੀ ਸਹੀ ਨਹੀਂ ਹੁੰਦਾ ਵੀ ਆਪਾਂ ਜਿਹੜੀ ਕੋਨ ਨੋਜ਼ਲ ਯੂਜ਼ ਕਰਦੇ ਆਂ ਵੀ ਜਿਹੜੀ ਮੈਂ ਪਿਛਲੀ ਵੀਡੀਓ ਚ ਵੀ ਦੱਸੀ ਸੀ ਨਦੀਨਾਸ਼ਕਾਂ ਲਈ ਹਮੇਸ਼ਾ ਆਪਾਂ ਫਲੈਟ ਫੈਜਨ ਜਾਂ ਕੱਟ ਨੋਜ਼ਲ ਜਾਂ ਜਿਹਨੂੰ ਆਪਾਂ ਫਲੱਡ ਜੈਟ ਨੋਜ਼ਲ ਕਹਿੰਦੇ ਆ ਉਹ ਯੂਜ਼ ਕਰਨੀ ਹੈ ਕਿਸਾਨ ਵੀਰੋ ਜੇਕਰ ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਆਪਾਂ ਨੂੰ ਨਿਸ਼ਚਿਤ ਹੀ ਜਿਹੜਾ ਰਿਜ਼ਲਟ ਇਸ ਚੀਜ਼ ਦਾ ਮਿਲੂਗਾ ਤੇ ਯਹਾਂ ਪੱਕੇ ਜੇ ਹੁਣ ਟਾਪਿਕ ਨਹੀਂ ਹੈ ਸਰਕਾਰ ਦੀ ਤਾਂ ਆਪਾਂ ਐਕਜ਼ੀਲ ਕਰ ਸਕਦੇ ਆ 5 EC ਤਾਕਤ ਵਾਲੀ ਜਿਹਦੇ ਕਿਸਾਨ ਵੀਰੋ ਜਿਹਦੇ ਚ ਪਨਾਕਸਾਈਡ ਇਹ ਜਿਹੜਾ ਸਾਲਟ ਹੁੰਦਾ ਹੈ 400 ਐਮਐਲ ਪ੍ਰਤੀ ਕਿੱਲੇ ਦੀ ਜਿਹੜੀ ਹੈਗੀ ਆਪਾਂ ਡੋਜ਼ ਰੱਖਣੀ ਹੈ ਤੇ ਅਗਲੀ ਦਵਾਈ ਹੈਗੀ ਹੈ ਕਿਸਾਨ ਵੀਰੋ ਪਿਉਮਾ ਪਾਵਰ 10% EC ਜਾਣੇ ਕਿ ਲਈ 10 CC ਤੱਕ 40 ਜਿਹੜੀ ਹੈਗੀ ਆਪਾਂ ਇਹ ਸਪਰੇਅ ਕਰਨੀ ਹੈ ਫਨੋਕਸਾ ਪ੍ਰੋਪੀ ਇਥਾਈਲ ਇਹਦੇ ਚ ਸਾਲਟ ਹੁੰਦਾ ਕਿਸਾਨ ਵੀਰੋ ਇਹਦੀ ਵੀ ਜਿਹੜੀ ਡੋਸ ਹੈਗੀ ਹੈ 400 ml ਪ੍ਰਤੀ ਕਿੱਲੇ ਦੀ ਹੈਗੀ ਹੈ ਹੁਣ ਕਿਸਾਨ ਵੀਰੋ ਆਪਾਂ ਇੱਕ ਗੱਲ ਧਿਆਨ ਚ ਰੱਖੀਏ ਜੇਕਰ ਆਪਾਂ ਪੀਮਾ ਪਾਵਰ ਕਰਦੇ ਆਂ ਕਹ ਲਈਏ ਫਨੋਕਸਾ ਜਾਂ ਪੀਨੋਕਸਾ ਦੇ ਇਹਦੇ ਲਈ ਜਿਹੜੀ ਆਪਾਂ ਹੈਗੀ ਹੈ ਜਿਹੜੀ ਨੋਜ਼ਲ ਯੂਜ਼ ਕਰਨੀ ਹੈ ਕਿਸਾਨ ਵੀਰੋ ਇਹ ਫਲੈਟ ਫੈਨ ਹੀ ਨੂੰ ਯੂਜ਼ ਕਰਨੀ ਹੈ ਇਹ ਦਵਾਈ ਲਈ ਜਿਹੜੀ ਰეკਮੈਂਡਡ ਨੋਜ਼ਲ ਹੈਗੀ ਹੈ ਇਹੀ ਹੈ ਇਹਦੇ ਨਾਲ ਸਪਰੇਅ ਕਰਾਂਗੇ ਤਾਂ ਆਪਾਂ ਜਿਹੜਾ ਇਹਦਾ ਹੈਗਾ ਪੂਰਾ ਜਿਹੜਾ ਹੈਗਾ ਲਾਹਾ ਲੈ ਸਕਦੇ ਆ ਤੇ ਇਹਦੇ ਨਾਲ ਜਿਹੜੀ ਹੈਗੀ ਆਪਾਂ ਲੀਡਰ ਸਪਰੇਅ ਕਰ ਸਕਦੇ ਆ ਚੌੜੇ ਪੱਤਿਆਂ ਲਈ ਇਹਦੇ ਲਈ ਮੈਂ ਲਗ ਤੋਂ ਅਗਲੀ ਵੀਡੀਓ 'ਚ ਤੁਹਾਨੂੰ ਦੱਸੂਗਾ ਚੌੜੇ ਪੱਤਿਆਂ ਲਈਆਂ ਸਾਰੀਆਂ ਸਪਰੇਅਾਂ ਕਿਹੜੇ ਨਦੀਨ ਲਈ ਕਿਹੜੇ ਚੌੜੇ ਪੱਤੇ ਲਈ ਕਿਹੜੀ ਨਦੀਨ ਨਾਸ਼ਕ ਹੈ ਉਹ ਅਗਲੀ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਤੇ ਲੀਡਰ ਜਿਹੜੀ ਸਫਲ ਦੇ ਨਾਮ ਤੇ ਹੁੰਦੀ ਆ 75 ਵਲਪੀ ਆਪਾਂ ਜਿਹੜੀ ਹੈਗੀ ਸਲਫ ਸਪਰੇਅ ਕਰ ਸਕਦੇ ਆ 13 ਗ੍ਰਾਮ ਪ੍ਰਤੀ ਕਿੱਲੇ ਦੀ ਡੋਜ਼ ਆ ਮੈਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਹੈ ਤੁਹਾਡੇ ਨਾਲ ਤੇ ਇਹ ਸੀ ਕਿਸਾਨ ਵੀਰੋ ਜਿਹੜੀਆਂ ਹੈਗੀਆਂ ਆਪਾਂ ਨਦੀਨਾਸ਼ਕਾਂ ਜੇਕਰ ਆਪਣੇ ਘਾਹ ਵਗੈਰਾ ਉਗਦਾ ਉਹਦੇ ਲਈ ਯੂਜ਼ ਕਰਦੇ ਆ ਜੇਕਰ ਚੌੜੇ ਪੱਤੇ ਲੀਏ ਉਹਦੇ ਲਈ ਲੀਡਰ ਯੂਜ਼ ਹੋ ਜੂਗੀ ਤੇ ਇਹਦੇ ਬਿਨਾਂ ਜੇਕਰ ਹੋਰ ਜਿਹੜੀ ਚੌੜੇ ਪੱਤੇ ਵਾਲੀਆਂ ਨਦੀਨਾ ਜਾਂ ਜੇਕਰ ਆਪਾਂ ਚੌੜੇ ਪੱਤੇ ਵਾਲੇ ਤੇ ਘਾਹ ਦੋਨੇ ਇਹਨਾਂ ਚੀਜ਼ਾਂ ਆਣੀਆਂ ਹੈਗੀਆਂ ਨਦੀਨ ਤਾਂ ਆਪਾਂ ਕਿਹੜੀ ਸਪਰੇਅ ਯੂਜ਼ ਕਰਨੀ ਹੈ ਉਹ ਮੈਂ ਅਗਲੀ ਵੀਡੀਓ 'ਚ ਗੱਲ ਕਰੂੰਗਾ ਤੇ ਇਹ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਸੋ ਕਿਸਾਨ ਵੀਰੋ ਅਗਲੀ ਵੀਡੀਓ ਮੈਂ ਤੁਹਾਨੂੰ ਲੈ ਕੇ ਮਿਲਦਾ ਵੀ ਚੌੜੇ ਪੱਤੇ ਵਾਲੀ ਜਾਂ ਦੋਨੇ ਜਿਹੜੇ ਜਿੱਥੇ ਨਦੀਨ ਹੋਣ ਆਪਾਂ ਕਿਵੇਂ ਕੰਟਰੋਲ ਕਰਨੇ ਆ ਧੰਨਵਾਦ ਜੀ ਕਿਰਪਾ ਕਰਕੇ ਜੇਕਰ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ